ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਆ ਅਤੇ ਇਹ ਉਹਨੂੰ ਮੰਨ ਲੈਣੀਆਂ ਚਾਹੀਦੀਆਂ। ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਆ ਉਹ ਫ੍ਰੀ ਕਰਨੇ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਸੇ ਤਰ੍ਹਾਂ ਵਤੀਰਾ ਕਰਦੀ ਰਹੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਇੱਕ ਵੱਡਾ ਅੰਦੋਲਨ ਲੜਿਆ ਜਾਊਗਾ। ਜੇ ਪਿਆਜ਼ 'ਤੇ ਹਰੇਕ ਫਸਲ 'ਤੇ MSP ਹੋਊਗੀ ਤਾਂ ਆਮ ਜਨਤਾ ਨੂੰ ਵੀ ਉਹ ਸਸਤੇ ਮਿਲਣਗੇ। ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੇ ਤਹਿਤ ਹਰਿਆਣਾ ਦੇ ਬਾਰਡਰ 'ਤੇ ਰੋਕਿਆ ਗਿਆ। ਇਸੇ ਦੇ ਚੱਲਦਿਆਂ ਸੁਰੱਖਿਆ ਬਲਾਂ ਦੇ ਵਿੱਚ ਟਕਰਾਅ ਵੀ ਦੇਖਣ ਨੂੰ ਮਿਲਿਆ, ਪਰ ਇਸੇ ਵਿਚਾਲੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਸਮੇਤ ਲੁਧਿਆਣਾ ਦੇ ਲੱਡਵਾਲ ਟੋਲ ਪਲਾਜ਼ਾ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨਾ ਦੇ ਕੇ ਟੋਲ ਨੂੰ ਫ੍ਰੀ ਕੀਤਾ ਗਿਆ। ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਤਾਂ ਇਸ ਬਾਬਤ ਉਹ ਪਿੱਛੇ ਹਟਣ ਵਾਲੇ ਨਹੀਂ ਨੇ। ਇਸ ਤੋਂ ਇਲਾਵਾ ਉਹਨਾਂ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਜੰਮ ਕੇ ਵਿਰੋਧ ਜ਼ਾਹਰ ਕੀਤਾ, ਤਾਂ ਉੱਥੇ ਹੀ ਉਹਨਾਂ ਇਸ ਕਦਮ ਦੀ ਨਿੰਦਾ ਕਰਦੇ ਹੋਏ ਚੱਕਾ ਵੀ ਜਾਮ ਕੀਤਾ। ਮੇਰਾ ਨਾਮ ਜੀ ਹਰਜੀਤ ਸਿੰਘ, ਮੰਡੀ ਪ੍ਰਧਾਨ BKU ਕਾਦੀਆਂ ਫਲੋਰ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਆ ਅਤੇ ਇਹ ਉਹਨੂੰ ਮੰਨ ਲੈਣੀਆਂ ਚਾਹੀਦੀਆਂ। ਸਰਕਾਰ ਸੋਚਦੀ ਆ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਕਿਸਾਨਾਂ ਦੇ ਨਾਲ ਨਹੀਂ ਹੈਗਾ, ਕਿਉਂਕਿ ਭਰਾਵਾਂ 'ਚ 100 ਮਤਭੇਦ ਹੋ ਸਕਦੇ ਆ, ਪਰ ਸਾਡਾ ਮਿਸ਼ਨ ਇੱਕ ਆ, ਸਾਡੇ ਜਿਹੜੀਆਂ ਮੰਗਾਂ ਇੱਕ ਆ। ਜੇ ਕਿਸਾਨ MSP ਮੰਗ ਰਹੇ ਆ ਉਹ ਆਪਣੇ ਲਈ ਨਹੀਂ ਮੰਗ ਰਹੇ, ਉਹ ਆਮ ਜਨਤਾ ਲਈ ਵੀ ਮੰਗ ਰਹੇ ਆ, ਕਿਉਂਕਿ ਤੁਸੀਂ ਦੇਖ ਰਹੇ ਹੋ ਪਿਆਜ਼ ਦਾ ਰੇਟ ਕਿੰਨਾ ਜ਼ਿਆਦਾ ਵੱਧ ਜਾਂਦਾ ਆ। 80-80 ਰੁਪਏ ਕਿਲੋ ਆ ਕਣਕ ਦਾ ਰੇਟ, ਕਦੇ 80 ਰੁਪਏ ਕਿਲੋ ਹੋਇਆ, ਕਿਉਂਕਿ ਉਹ 'ਤੇ MSP ਆ। ਜੇ ਪਿਆਜ਼ 'ਤੇ ਹਰੇਕ ਫਸਲ 'ਤੇ MSP ਹੋਊਗੀ ਤਾਂ ਆਮ ਜਨਤਾ ਨੂੰ ਵੀ ਉਹ ਸਸਤੇ ਮਿਲਣਗੇ। ਸਰਕਾਰ ਨੂੰ ਇਹ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਹੁਣ ਮੀਟਿੰਗ 18 ਤਰੀਕ ਨੂੰ ਆ। ਕੱਲ੍ਹ ਨੂੰ ਸਾਡਾ ਪੂਰਾ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ, ਅਤੇ 18 ਤਰੀਕ ਨੂੰ ਜੋ ਵੀ ਸੰਯੁਕਤ ਕਿਸਾਨ ਮੋਰਚਾ ਅੱਗੋਂ ਵੱਡਾ ਫੈਸਲਾ ਲਵੇਗਾ ਉਹਦੇ ਵਿੱਚ ਜੋ ਵੀ ਰਣਨੀਤੀ ਹੋਵੇਗੀ, ਫਿਰ ਸਰਕਾਰ ਉਹਦੇ ਲਈ ਤਿਆਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ 3 ਘੰਟਿਆਂ ਲਈ ਬੰਦ ਆ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਅੱਜ ਟੋਲ ਪਲਾਜ਼ੇ ਫ੍ਰੀ ਕਰਨੇ ਆ ਜੀ, ਅਤੇ ਉਹ ਗ੍ਰਾਹਕ ਯੂਨੀਅਨ ਨੇ ਸਾਡੇ ਰੇਲਵੇ ਟਰੈਕ ਉਹਨਾਂ ਨੇ ਬੰਦ ਰੱਖਣੇ 3 ਘੰਟਿਆਂ ਲਈ, ਉਹ ਵੀ ਇਹੀ 4 ਘੰਟਿਆਂ ਦੇ ਲਈ ਆ ਜੀ। ਇਹੀ ਮਿਸ਼ਨ ਆ ਕਿ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਹਾਂ, ਵੀ ਇਹ ਨਾ ਸੋਚਣ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ। ਬਾਰਡਰ 'ਤੇ ਜਿਹੜਾ ਰਸਤਾ ਬੰਦ ਕੀਤਾ ਜੀ, ਉਹ ਕਾਨੂੰਨ ਦੀ ਉਲੰਘਣਾ ਆ, ਕਿਉਂਕਿ ਅਸੀਂ ਆਮ ਨਾਗਰਿਕ ਹਾਂ, ਅਸੀਂ ਕੋਈ ਕਬਜ਼ਾ ਤਾਂ ਕਰਨ ਜਾ ਨਹੀਂ ਰਹੇ। ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਆ ਉਹ ਰੋਡ ਬੰਦ ਕਰਨ ਦਾ, ਅਤੇ ਇੱਕ ਬਾਰਡਰ ਬਣਾ ਰਹੇ ਹਾਂ ਪੰਜਾਬ ਨੂੰ, ਇੱਕ ਆਪਣੇ ਨਾਲੋਂ ਇੰਡੀਆ ਜਿਹੜਾ ਅਲੱਗ ਕਰ ਰਿਹਾ, ਕਿਉਂ ਕਰ ਰਿਹਾ ਬਈ? ਅਸੀਂ ਉਹਦਾ ਹਿੱਸਾ ਹਾਂ। ਆਜ਼ਾਦੀ ਦੇ ਵਿੱਚ 98% ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ, ਉਸ ਗੱਲ ਨੂੰ ਜਿਹੜਾ ਆ ਇਗਨੋਰ ਨਹੀਂ ਕਰਨਾ ਚਾਹੀਦਾ। ਜੇ ਆਪਾਂ 4 ਭਰਾ ਹਾਂ, ਇੱਕ ਭਰਾ ਆਪਣਾ ਪੂਰਾ ਤਾਕਤਵਰ ਆ, ਜੇ ਕੋਈ ਗਵਾਂਢੀ ਆਪਣੇ 'ਤੇ ਚੜ੍ਹ ਕੇ ਆਉਂਦਾ ਆਪਾਂ ਉਹਨੂੰ ਉਦੋਂ ਮੂਹਰੇ ਕਰ ਦਿੰਦੇ ਹਾਂ। ਮਾਹੌਲ ਖਰਾਬ ਹੋ ਰਿਹਾ, ਮਾਹੌਲ ਕੋਈ ਨਹੀਂ ਖਰਾਬ ਹੋ ਰਿਹਾ, ਸਰਕਾਰ ਆਪਣੇ ਵੱਲੋਂ ਮਾਹੌਲ ਖਰਾਬ ਕਰ ਰਹੀ ਹੈ। ਅਸੀਂ ਇੱਥੇ ਬੜੇ ਸ਼ਾਂਤੀ ਦੇ ਨਾਲ ਹਾਂ, ਕਿਸੇ ਨਾਲ ਵੀ ਕੋਈ ਵੀ ਵਾਧੂ ਘਾਟੂ ਕਿਸੇ ਨੂੰ ਕਿਹਾ ਹੋਵੇ, ਉਹ ਇਹ ਵੀ ਕਹੀ ਹੋਵੇ, ਹਰੇਕ ਭਰਾ ਨੂੰ ਇਹ ਕਹੀਦਾ ਵੀ ਇੱਧਰ ਦੀ ਲੰਘ ਜਾਓ, ਤੁਸੀਂ ਇੱਧਰੋਂ ਅਸੀਂ ਸਟੇਜ ਲਾਈ ਆ, ਤੁਸੀਂ ਜਾ ਕੇ ਦੇਖ ਲਓ ਅਸੀਂ ਬੈਰੀਗੇਟ ਲਾਏ ਆ, ਅਸੀਂ ਪੂਰੇ ਪ੍ਰਬੰਧ ਨਾਲ ਚੱਲ ਰਹੇ ਹਾਂ, ਡਿਸਿਪਲਿਨ ਦੇ ਵਿੱਚ ਚੱਲ ਰਹੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ। ਕਿੰਨੇ ਕੁ ਬੰਦੇ ਜ਼ਖਮੀ ਹੋ ਗਏ ਉੱਥੇ? ਤਾਂ ਜੀ ਕਾਫੀ ਬੰਦੇ ਜ਼ਖਮੀ ਹੋ ਗਏ ਆ, ਕਿਉਂਕਿ ਹਜੇ ਕੋਈ ਸਾਡੇ ਕੋਲ ਮੋਟੇ ਮੋਟੇ ਅੰਕੜੇ ਆ ਕਿ 250 ਦੇ ਕਰੀਬ ਬੰਦਾ ਜ਼ਖਮੀ ਹੋ ਗਿਆ, ਕਿਉਂਕਿ ਡੇਲੀ 50-60 ਬੰਦੇ ਜ਼ਖਮੀ ਹੋ ਰਹੇ ਆ। ਸਰਕਾਰ ਨੇ ਪੂਰਾ ਜ਼ੋਰ ਲਾਤਾ ਜੀ, ਮਤਲਬ ਇੱਕ ਜਿੱਦਾਂ ਦੂਜੇ ਦੇਸ਼ ਦੀ ਕੋਈ ਸੈਨਾ ਹਮਲਾ ਕਰਦੀ, ਇਸ ਹਿਸਾਬ ਨਾਲ ਵਿਹਾਰ ਕੀਤਾ ਗਿਆ ਆ, ਕੋਈ ਕਸਰ ਨਹੀਂ ਛੱਡੀ ਗਈ ਆਪਣੇ ਵੱਲੋਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਕੱਲ੍ਹ ਮੀਟਿੰਗ ਕਰਕੇ ਪਾਸ ਕੀਤਾ ਗਿਆ ਸੀ ਵੀ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਜਿਹੜੇ ਉਹ ਬੰਦ ਕਰਨੇ ਆ, ਵੀ ਸੈਂਟਰ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਆ ਵੀ ਜਿਹੜੇ ਦਿੱਲੀ ਨੂੰ ਜਾਣ ਵਾਲੇ ਕਿਸਾਨ ਆ, ਮਜ਼ਦੂਰ ਆ, ਜਿਹੜੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਧਰਨਾ ਲਾਉਣ ਜਾ ਰਹੇ ਸੀ, ਉਹਨਾਂ ਨੂੰ ਸਰਕਾਰ ਨੇ ਲਾਠੀਆਂ ਨਾਲ, ਅਥਰੂ ਗੈਸ ਨਾਲ, ਵੱਡੇ ਵੱਡੇ ਨਾਕੇ ਲਾ ਕੇ
ਜਿਹੜਾ ਬੰਦ ਕੀਤਾ ਜਾ ਰਿਹਾ। ਉਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਵੀ ਜਿਹੜਾ 11 ਤੋਂ 2 ਵਜੇ ਤੱਕ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਆ ਉਹ ਫ੍ਰੀ ਕਰਨੇ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਸੇ ਤਰ੍ਹਾਂ ਵਤੀਰਾ ਕਰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਇੱਕ ਵੱਡਾ ਅੰਦੋਲਨ ਲੜਿਆ ਜਾਊਗਾ। ਉਹ ਅਗਲੀ ਮੀਟਿੰਗ ਜਿਹੜੀ 18 ਨੂੰ ਆ ਉਹ ਕਰਕੇ ਅਗਲਾ ਜਿਹੜਾ ਫੈਸਲਾ ਉਹ ਕੀਤਾ ਜਾਏ। ਟੋਲ ਪਲਾਜ਼ੇ ਰੇਲ ਵੀ ਆ, ਇਹ ਕੱਲ੍ਹ ਨੂੰ ਜਿਹੜਾ ਹੋਰ ਜਥੇਬੰਦੀਆਂ ਦਾ ਫੈਸਲਾ ਆ, ਜਿਵੇਂ ਕੱਲ੍ਹ ਨੂੰ ਸਾਰੇ ਭਾਰਤ ਦੇ ਵਿੱਚ ਜਿਹੜਾ ਬੰਦ ਕੀਤਾ ਜਾ ਰਿਹਾ, ਇਸ ਕਰਕੇ ਕੱਲ੍ਹ ਨੂੰ ਜਿਹੜਾ ਆ 16 ਤਰੀਕ ਨੂੰ ਸਾਰੇ ਭਾਰਤ ਨੂੰ ਕਿਸਾਨ ਮਜ਼ਦੂਰ ਮਿਹਨਤੀ ਲੋਕ ਉਹ ਬੰਦ ਕਰ ਰਹੇ ਆ। ਉਹਦੇ ਵਿੱਚ ਵੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸਹੂਲੀਅਤ ਕਰੋ। ਜਿਹੜੀਆਂ ਕੀ ਬੰਦ ਆ ਭਾਰਤ ਤੋਂ ਇਲਾਵਾ, ਕੀ ਰੇਲਾਂ ਜਾਂ ਕੋਈ? ਕੱਲ੍ਹ ਨੂੰ ਅੱਜ ਰੇਲਾਂ ਵੀ ਬੰਦ ਆ, ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਗਰਾਹਾਂ ਜਥੇਬੰਦੀ ਆ ਉਹਨੇ ਰੇਲਾਂ ਦਾ ਵੀ ਬੰਦ ਕੀਤਾ ਆ, ਅਤੇ ਕੱਲ੍ਹ ਨੂੰ ਜਿਹੜਾ ਆ ਜਿਹੜੀ ਆਵਾਜਾਈ ਠੱਪ ਕੀਤੀ ਜਾਵੇ, ਜਿਹੜੀ ਦੁਕਾਨਾਂ ਬੰਦ ਹੋਣਗੀਆਂ, ਸਾਰਾ ਭਾਰਤ ਬੰਦ ਹੋਊਗਾ। ਜਿੱਥੇ ਮੁਲਾਜ਼ਮਾਂ ਦੀ ਹੜਤਾਲ ਹੋਊਗੀ, ਜਿੱਥੇ ਬੈਂਕਾਂ ਵਾਲੇ ਮੁਲਾਜ਼ਮਾਂ ਦੀ ਹੜਤਾਲ ਹੋਊਗੀ, ਰੇਲਵੇ ਵਾਲਿਆਂ ਦੀ ਹੋਊਗੀ, ਉੱਥੇ ਸਾਰੇ ਮਜ਼ਦੂਰਾਂ ਦੀ ਮਿਹਨਤੀ ਲੋਕਾਂ ਦੀ ਕਿਸਾਨਾਂ ਦੀ ਉਹ ਕੱਲ੍ਹ ਨੂੰ ਬੰਦ ਕੀਤਾ ਜਾਵੇ। ਸ਼ੰਭੂ ਬਾਰਡਰ 'ਤੇ ਰਬੜ ਦੀਆਂ ਗੋਲੀਆਂ ਚਲਾਈਆਂ, ਕਾਫੀ ਬੰਦੇ ਜ਼ਖਮੀ ਹੋ ਗਏ ਆ, ਕਹਿੰਦੇ 100 ਬੰਦੇ ਇਹ ਲਗਭਗ 200-250 ਦੇ ਲਾਗੇ ਸਾਗੇ ਜਿਹੜਾ ਉਹ ਮਜ਼ਦੂਰ ਕਿਸਾਨ ਜਿਹੜਾ ਜ਼ਖਮੀ ਹੋ ਗਿਆ। ਇਹ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹਨੇ ਇਹ ਨਹੀਂ ਸਮਝਿਆ ਵੀ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਲੋਕ ਸਾਡੇ ਕੋਲ ਮੰਗਾਂ ਮੰਨਣ ਆ ਰਹੇ, ਉਹ ਲਾਠੀਆਂ ਅਤੇ ਗੋਲੀਆਂ ਨਾਲ ਉਹਨਾਂ ਦਾ ਸਵਾਗਤ ਕਰ ਰਹੀ ਆ। ਇਸ ਕਰਕੇ ਇਹ ਸਰਕਾਰ ਦੇ ਖਿਲਾਫ ਜਿਹੜੀ ਵੱਡਾ ਲਾਵਾ ਇਕੱਠਾ ਹੋ ਰਿਹਾ ਹੈ। ਜਿਹੜੇ ਪੰਜਾਬ ਮੈਂਬਰਾਂ ਦੀ ਤੁਹਾਡੀ ਮੀਟਿੰਗ ਵੀ ਹੋਈ ਕੇਂਦਰ ਸਰਕਾਰ ਦੇ ਨਾਲ? ਕੇਂਦਰ ਸਰਕਾਰ ਦੇ ਨਾਲ ਬਕਾਇਦਾ ਜਿਹੜੀਆਂ ਜਥੇਬੰਦੀਆਂ ਜਾ ਰਹੀਆਂ ਦਿੱਲੀ ਨੂੰ, ਉਹਨਾਂ ਦੀ ਲਗਭਗ ਮੀਟਿੰਗਾਂ ਹੋ ਰਹੀਆਂ, ਕੋਈ ਸਿੱਟਾ ਨਹੀਂ ਨਿਕਲ ਰਿਹਾ। ਇਸ ਕਰਕੇ ਉਹ ਦਿੱਲੀ ਨੂੰ ਜਾਣ ਦੀ ਜਿੱਦ 'ਤੇ ਅੜੇ ਹੋਏ ਆ। ਇਸ ਕਰਕੇ ਜਿਹੜੇ ਆਹ ਦੂਜੀਆਂ ਸੰਯੁਕਤ ਮੋਰਚਾ ਆ ਉਹਨਾਂ ਦੀ ਪਿੱਠ 'ਤੇ ਖੜ੍ਹਾ ਆ ਵੀ ਜੇ ਇਸੇ ਤਰ੍ਹਾਂ ਸੈਂਟਰ ਸਰਕਾਰ ਧੱਕਾ ਕਰਦੀ ਰਹੀ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਕਸ਼ਨ ਕਰਾਂਗੇ। ਪੰਜਾਬ ਪੁਲਿਸ ਉੱਥੇ ਖੜੀ ਹੈ, ਲੇਕਿਨ ਜੇ ਕਹਿ ਰਹੇ ਵੀ ਉਹਨਾਂ ਦੇ ਜਿਹੜੇ ਬਾਰਡਰ ਤੇ ਇਧਰਲੇ ਪਾਸੇ ਡਰੋਨ ਆ ਰਹੇ ਉਹ ਰੋਕਣੇ ਚਾਹੀਦੇ, ਲੇਕਿਨ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਮਿਲਿਆ ਗਿਆ ਜੇ ਉੱਥੇ ਪੁੱਤਰ। ਅਸਲ ਦੇ ਵਿੱਚ ਸਰਕਾਰਾਂ ਜਿਹੜੀਆਂ ਆ ਉਹ ਉਹਨਾਂ ਦੇ ਵਿੱਚ ਕੋਈ ਫਰਕ ਨਹੀਂਗਾ, ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਸੈਂਟਰ ਦੀ ਸਰਕਾਰ ਹੋਵੇ, ਚਾਹੇ ਸਾਡੇ ਪੰਜਾਬ ਦੀ ਸਰਕਾਰ ਹੋਵੇ, ਚਾਹੇ ਕੱਠਰ ਦੀ ਸਰਕਾਰ ਹੋਵੇ, ਸਰਕਾਰਾਂ ਇੱਕੋ ਜਿਹਾ ਵਰਤਾਅ ਜਿਹੜਾ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਕਰ ਰਹੀਆਂ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂਗਾ। ਇਹ ਕੀ ਰਲੀ ਹੋਈ ਸਰਕਾਰ ਲੱਗ ਰਹੀ ਹੈ ਇਸ ਵਿੱਚ ਪੰਜਾਬ ਸਰਕਾਰ? ਦੇਖੋ ਜਿਹੜੀ ਪੰਜਾਬ ਸਰਕਾਰ ਆ ਉਹ ਪਹਿਲੇ ਹੀ ਜਿਹੜੇ ਸੈਂਟਰ ਸਰਕਾਰ ਦੀਆਂ ਨੀਤੀਆਂ ਆ ਉਹਨੂੰ ਜੰਗੀ ਪੱਧਰ 'ਤੇ ਲਾਗੂ ਕਰ ਰਹੀ ਆ, ਅਤੇ ਨਾਲ ਜੋ ਵੀ ਸੈਂਟਰ ਦਾ ਰੂਲ ਆ ਰਿਹਾ ਉਹਨਾਂ ਨੂੰ ਫੋਲੋ ਕਰ ਰਹੀ ਆ। ਸੈਂਟਰ ਤਾਂ ਸਰਕਾਰ ਤੋਂ ਘੱਟ ਨਹੀਂ, ਜਿਹੜੀ ਮੋਦੀ ਸਰਕਾਰ ਆ ਉਹਦੇ ਨਾਲੋਂ ਜਿਹੜਾ ਸਾਡੇ ਪੰਜਾਬ ਦਾ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਦੂਜਾ ਮੋਦੀ ਆ। ਇਸ ਕਰਕੇ ਅਸੀਂ ਉਹ ਤੋਂ ਵੀ ਆਸ ਇਹ ਹੀ ਰੱਖਦੇ ਹਾਂ, ਜਿੱਦਾਂ ਸੈਂਟਰ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕਰ ਰਹੀ ਉਸੇ ਤਰ੍ਹਾਂ ਇਹ ਪੰਜਾਬ ਦੀ ਸਰਕਾਰ ਵੀ ਧੱਕਾ ਕਰ ਰਹੀ ਹੈ। ਹੁਣ ਦੁਬਾਰਾ ਜਿਸ ਤਰ੍ਹਾਂ ਪਹਿਲਾਂ ਵਾਪਸ ਆ ਗਏ ਸੀਗੇ ਮਿੱਠੀ ਗੋਲੀ ਲੈ ਕੇ, ਅਤੇ ਦੁਬਾਰਾ ਇਸ ਤਰ੍ਹਾਂ ਤਾਂ ਨਹੀਂ ਲੈ ਕੇ ਆਉਣਗੇ ਹੁਣ ਮਿੱਠੀ? ਬਿਲਕੁਲ ਜੀ ਬਿਲਕੁਲ, ਅਸਲ 'ਚ ਮਿੱਠੀ ਗੋਲੀ ਨਹੀਂ ਲੈ ਕੇ ਆਏ, ਅਸਲ ਦੇ ਵਿੱਚ ਸਰਕਾਰ ਨੇ ਲਿਖਤੀ ਤੌਰ 'ਤੇ ਉਹ ਵਾਅਦੇ ਕੀਤੇ ਸੀ, ਸਮਝੌਤਾ ਕੀਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਮੰਨ ਲਈਆਂ ਜਾਣਗੀਆਂ, ਪਰ ਸਰਕਾਰ ਬੇਈਮਾਨ ਨਿਕਲੀ ਜਿੱਥੇ ਉਹਨੇ ਮਜ਼ਦੂਰਾਂ ਕਿਸਾਨਾਂ ਸੰਯੁਕਤ ਮੋਰਚੇ ਨਾਲ ਵਾਅਦਾ ਕਰਕੇ ਮੁੱਕਰ ਗਈ। ਉਸ ਕਰਕੇ ਅੱਜ ਦੁਬਾਰਾ ਫਿਰ ਦਿੱਲੀ ਨੂੰ ਜਾਣ ਦਾ ਪ੍ਰੋਗਰਾਮ ਬਣਿਆ, ਇਹਦਾ ਪ੍ਰੋਗਰਾਮ ਨਾ ਸੀ। ਇਸ ਕਰਕੇ ਜੇ ਮੰਗਾਂ ਮੰਨ ਲੈਂਦੀ, ਰਖੀਮ ਕੌਰ ਫੀਰੀ ਵਿੱਚ ਜਿਹੜੇ ਸ਼ਹੀਦ ਹੋਏ ਆ ਕਿਸਾਨ ਉਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਦੇ ਦਿੰਦੇ, ਜਿਹੜਾ ਦੇ ਕੇਸ ਪਾਏ ਹੋਏ ਵਾਪਸ ਲੈ ਲੈਂਦੇ। ਉਹ ਅਸਲ 'ਚ ਉਹਨੀ ਸਿਰਫ ਅਤੇ ਸਿਰਫ ਉਹ ਜਿਹੜੇ ਲਾਣ ਸੀਗੇ ਉਹ ਪੂਰੇ ਨਹੀਂ ਕੀਤੇ, ਇਸ ਕਰਕੇ ਕਰ ਰਹੇ। 3 ਘੰਟੇ ਵਾਲੀ ਟੋਲ ਬੰਦ ਆ? ਹਾਂਜੀ, 3 ਘੰਟੇ ਵਾਲੀ ਬੰਦ ਫ੍ਰੀ ਕੀਤਾ ਗਿਆ ਜੀ, ਫ੍ਰੀ ਟੋਲ ਫ੍ਰੀ ਆ ਜਾਏ।